ਚਾਓ ਚਾਓ ਓਏ ਫੜ ਦੇਖੋ ਕਿੰਨੀ ਹੈ ਆ ਕੈਂਟ ਨੇ ਕਤੂਰੇ ਛੋਟੇ ਛੋਟੇ ਜੇ ਹਣਾ ਜਿਵੇਂ ਫਰਜ ਹੀ ਨਹੀਂ ਹੁੰਦੇ ਨੇ ਬਾਈ ਮਨ ਟਿਕਟੋਕ ਪਾ ਦੇਖਿਆ ਲੱਗ ਗਿਆ ਓਏ ਸੱਚੀ ਕੜੇ ਕੌਣ ਦੇ ਰਹਿਣੇ ਮੇ ਸੈ ਕਹਾਂ ਸੈ ਚੀਕਾ ਦੇ ਕੜੇ ਚੀਕੇ ਦੇ ਆ ਤੇਰੇ ਕੁੱਤੇ ਹੈ ਹਾਂ ਮੇਰੇ ਵੈਲਕਮ ਬੈਕ ਟੂ ਅਨਦਰ ਬਲੌਗ ਤੇ ਮੈਂ ਹੁਣ ਥੋੜ੍ਹਾ ਜਿਹਾ ਹੈਗਾ ਕਾਲਾ ਕਿਉਂਕਿ ਮੈਂ ਪਹੁੰਚਣਾ ਹੈ ਪਟਿਆਲਾ ਉੱਥੇ ਅੱਜ ਡੌਗ ਸ਼ੋਅ ਪਟਿਆਲੇ ਇੱਕ ਮੇਲਾ ਲੱਗਦਾ ਹੁੰਦਾ ਹੈ ਕ੍ਰਾਫਟ ਮੇਲਾ ਅਤੇ ਉਹ ਦੇਖਣ ਜਾਣਾ ਅਤੇ ਮੇਨਲੀ ਅੱਜ ਕੁੱਤੇ ਦਿਖਾਉਂਗਾ ਮੈਂ ਤੁਹਾਨੂੰ ਅਲੱਗ ਅਲੱਗ ਵਰਾਇਟੀਆਂ ਦੇ ਸੋਹਣੇ ਸੋਹਣੇ ਅਸੀਂ ਆ ਗਏ ਪਟਿਆਲੇ ਅਤੇ ਪਹਿਲਾਂ ਉੱਧਰ ਚਲੇ ਗਏ ਸੀ ਦੋਸਤ ਕੋਲ ਥੋੜ੍ਹੀ ਜਿਹੀ ਡਿਸਟੈਂਸ ਕਰਨਾ ਜਿੱਤਾਂ ਦੀ ਡਿਗਰੀ ਲੈਣ ਵਾਸਤੇ ਪਹਿਲਾਂ ਪਾਸ ਕਰਨਾ ਪੈਂਦਾ ਹਾਰਾਂ ਦਾ ਪੇਪਰ ਅਤੇ ਨਾਲ ਹੈ ਬਾਈ ਆਪਣੇ ਅੱਜ ਪਰਮ ਖੇਪੜ ਅਤੇ ਬਹੁਤ ਸਕਿੱਲਾਂ ਨੇ ਬਾਈ 'ਚ ਬਾਈ ਨੂੰ ਮਿਲਣ ਆਏ ਸੀ ਅਤੇ ਇੱਧਰ ਬਾਈ ਬੈਠਾ ਉਹਨੂੰ ਤਾਂ ਤੁਸੀਂ ਜਾਣਦੇ ਹੀ ਹੋ ਸਰਦਾਰ ਸਾਹਿਬ ਨੂੰ ਪੇਜ 'ਚ ਜੜੇ ਹੋਏ ਨੇ ਪੱਗ 'ਚ ਬਣਾਉਂਦੇ ਹਾਂ ਬਾਈ ਨਾਲ ਕੁਛ ਮਿਲ ਕੇ ਜਲਦੀ ਹੀ ਹੈ ਬਾਈ ਨੇ ਬਾਕੀ ਨਾਲ ਦੀ ਨਾਲ ਲਾਈਨ ਜੋੜ ਲਈ ਵੀਡੀਓ 'ਚ ਦੇਖਿਆ ਸੀਗਾ ਐਕਚੁਅਲ 'ਚ ਨਾਲ ਦੀ ਨਾਲ ਚੇਪਤੀ ਘੱਟ ਰਹੀ ਹੈ ਜ਼ਿੰਦਗੀ ਵੱਧ ਰਹੇ ਨੇ ਦੁੱਖ ਮੇਰੇ ਕੋਲ ਤਾਂ ਕਦੇ ਆਏ ਨਹੀਂ ਮੇਰੇ ਕੋਲੋਂ ਵਿਛੜਦੇ ਰਹੇ ਨੇ ਸੁੱਖ ਸਾਹਮਣੇ ਬੈਠੇ ਜਿਹੜਾ ਸੁੱਖ ਹੈ ਅਤੇ ਮਤਲਬ ਇਹਦਾ ਨਾਮ ਸੁੱਖ ਹੈ ਅਤੇ ਉੱਦਾਂ ਦੂਜੇ ਰੁੱਟ ਕੋਈ ਸੁੱਖ ਨਹੀਂ ਪੂਰਾ ਸ਼ਰਾਰਤੀ ਬੰਦਾ ਹੈ ਸਾਹਮਣੇ ਵਾਲਾ ਅਤੇ ਹੋਰ ਬਾਈ ਕਿਵੇਂ ਲੱਗਿਆ ਮਿਲ ਕੇ ਬਹੁਤ ਵਧੀਆ ਲੱਗਿਆ ਵੀਰੇ ਮਿਲ ਕੇ ਬਾਈਕ ਸੱਚਿਓਂ ਘੈਂਟ ਬੰਦਾ ਅਤੇ ਕਰਦੇ ਹਾਂ ਬਾਈ ਫਿਰ ਜਲਦੀ ਕੁਛ ਬਾਈ ਇੱਕ ਚਲੋ ਹਾਂ ਕਰੋ ਬੋਲੋ ਬਾਈ ਕੁਛ ਨਹੀਂ ਉਹੀ ਰੈਪ ਬਾਰੇ ਦੱਸਣ ਲੱਗਿਆ ਸੀਗਾ ਰੈਪ ਬਾਈ ਨੇ ਸੁਣਾਇਆ ਬੜਾ ਸੋਹਣਾ ਰੈਪ ਹੈ ਤੁਹਾਨੂੰ ਉੱਥੋਂ ਬੜੀ ਜਲਦੀ ਤੁਹਾਡੇ ਮੂਹਰੇ ਆਊਗਾ ਤੇ ਬਾਕੀ ਸਾਨੂੰ ਪ੍ਰੋਡਿਊਸਰ ਚਾਹੀਦੇ ਨੇ ਜੇ ਕੋਈ ਪੈਸੇ ਲੈਣਾ ਲੈ ਗਿਆ ਕਿਉਂਕਿ ਸਾਡੇ ਕੋਲ ਇਹਦਾ ਟੈਲੈਂਟ ਹੀ ਟੈਲੈਂਟ ਹੈ ਕਿਉਂਕਿ ਖੇਪੜ ਸਾਹਿਬ ਸਹੀ ਗੱਲ ਹੈ ਬੜਾ ਸੋਹਣਾ ਗਾਣਾ ਤਾਂ ਉਹਦੇ ਵੀਡੀਓ ਬਣਦੇ ਤਾਂ ਬੜੀ ਘੈਂਟ ਗੱਲਬਾਤ ਹੋ ਜਾਊਗੀ ਤੇ ਬਾਕੀ ਜੇ ਕਿਸੇ ਨੇ ਕੁਛ ਕੰਮ ਕਰਾਉਣਾ ਬਾਈ ਮਿਊਜ਼ਿਕ ਵੀ ਬਣਾਉਂਦਾ ਵੀਡੀਓ ਵੀ ਮੈਂ ਬਾਈ ਦਾ ਕੰਟੈਕਟ ਪਾ ਦੂੰਗਾ ਕਰ ਲਈਓ ਬਾਈ ਨਾਲ ਕੰਟੈਕਟ ਤੇ ਬੈਠਿਆਂ ਨੂੰ ਤਾਂ ਬਹੁਤ ਕਾਫੀ ਟਾਈਮ ਹੋ ਗਿਆ ਬਹੁਤ ਸਾਰੀਆਂ ਦੋ ਤਿੰਨ ਘੰਟੇ ਦਾ ਹੋ ਗਏ ਮੇ ਵੀ ਬੈਠਿਆਂ ਨੂੰ ਹੁਣ ਤੁਹਾਨੂੰ ਡੌਗ ਸ਼ੋਅ ਦਿਖਾਉਂਦੇ ਹਾਂ ਕੁੱਤੇ ਬਹੁਤ ਵੱਡਾ ਡੌਗ ਸ਼ੋਅ ਹੈ ਪਟਿਆਲੇ ਦਾ ਕਿਉਂਕਿ ਇਹ ਜਿਹੜਾ ਪਟਿਆਲਾ ਹੈਰੀਟੇਜ ਫੈਸਟੀਵਲ ਉਹਦਾ ਹੀ ਹਿੱਸਾ ਹੈ ਤੇ ਮੇਰੇ ਯਾਰ ਆਪਾਂ ਲੇਟ ਹੋ ਗਏ ਨਾ ਥੋੜ੍ਹੇ ਆ ਮੁੰਡੇ ਦੀ ਪੱਗ ਦੇਖੋ ਕਿੰਨੀ ਸੋਹਣੀ ਹੈ ਬਾਈ ਕਿਹੜੀ ਨਸਲ ਹੈ ਰੌਡ ਵੀਲਰ ਤੇ ਕੀ ਪ੍ਰਾਈਸ ਇਹਨਾਂ ਦੇ ਪੱਪੀਆਂ ਦਾ 18,000 ਮੇਲ ਦਾ ਫੀਮੇਲ ਦਾ ਚਾਓ ਚਾਓ ਨਸਲ ਇਹਦੇ ਫਰ ਦੇਖੋ ਜਿਵੇਂ ਆਪਣੇ ਘਰੇ ਝਾੜੂ ਦਾ ਹੁੰਦਾ ਹੈ ਨਾ ਜੁੜੀ ਜੀ ਉਵੇਂ ਦੇ ਇਹਦੇ ਵਾਲ ਨੇ ਬਕਿਆ ਹੂ ਹੈ ਕਿੰਨਾ ਪ੍ਰਾਈਸ ਹੈ 30,000 ਬੱਚੇ ਬੁੱਚੇ ਨੀ ਇਹਦੇ ਅੰਦਰ ਬਹੁਤ ਕੁਛ ਹੈ ਇਹਦਾ ਬਾਹਰ ਜਿਵੇਂ ਰੇਹੜੀਆਂ ਲੱਗੀਆਂ ਹੁੰਦੀਆਂ ਨੇ ਉਹ ਦੁਕਾਨਾਂ ਤੇ ਮੇਨ ਅਜੇ ਰਹਿ ਰਿਹਾ ਕਿਹੜੀ ਨਸਲ ਹੈ ਬਾਈ ਇਹ ਜਰਮਨ ਸ਼ੈਫਟ ਹੈ ਤੇ ਕੀ ਪ੍ਰਾਈਸ ਹੈ ਬਾਈ ਇਹਨਾਂ ਦਾ ਮੇਲ ਦਾ ਮੇਲ 8,000 ਫੀਮੇਲ 4,000 ਨੰਬਰ ਕੀ ਹੈ ਬਾਈ ਤੁਹਾਡਾ 9115844588 ਕਿਹੜੀ ਨਸਲ ਹੈ ਬਾਈ ਇਹ ਹਿਮਾਲਿਆਨ ਕੀ ਪ੍ਰਾਈਸ ਹੈ ਇਹਨਾਂ ਦਾ ਮੇਲ ਦਾ ਜਾਂ ਜੋੜੇ ਦਾ ਜੀ ਫੀਮੇਲ ਦਾ ਕੀ ਪ੍ਰਾਈਸ ਹੈ ਬਾਈ ਇਹਦਾ ਮੇਲ ਦਾ ਫੀਮੇਲ ਦਾ ਸੇਮ ਹੀ ਹੈ ਘੈਂਟ ਹੈ ਹਨਾ ਕੁੱਤਾ ਜਿਹਾ ਕਿਹੜੀ ਨਸਲ ਹੈ ਬਾਈ ਇਹ ਗੋਲਡਨ ਡੀਵਰ ਤੇ ਹਸਕੀ
ਕਿਹੜੀ ਬਾਈ? ਗੋਲਡਨ ਰਿਟਰੀਵਰ ਹਸਕੀ। ਗੋਲਡਨ ਰਿਟਰੀਵਰ ਹਸਕੀ, ਕੀ ਪ੍ਰਾਈਸ ਇਹਨਾਂ ਦਾ ਮੇਲ ਦਾ ਤੇ ਫੀਮੇਲ ਦਾ? ਸਰ ਮੇਲ 16,000 ਦਾ ਜੀ, ਗੋਲਡਨ ਰਿਟਰੀਵਰ ਦਾ। ਹਸਕੀ ਦਾ ਮੇਲ 28,000 ਦਾ। ਤੇ ਪ੍ਰਾਈਸ, ਉਹ ਕੰਟੈਕਟ ਨੰਬਰ 9465345866। ਆ ਜਰਮਨ ਸ਼ੈਫਟ ਹੈ, ਦੇਖੋ ਕੱਢ ਕੇ ਦੇਖ ਸਕਦੇ ਹੋ। ਇਹ ਫਲੌਪ ਯੂਟਿਊਬਰ ਹੈ ਜੀ। ਹਾਂ ਬਾਈ, ਇੱਧਰ ਲਾਓ। ਛੁੱਡੇ ਨੇ ਬਾਈ ਕੁੱਤੇ, ਆ ਬਣਿਆ। ਅੱਛਾ, ਤੂੰ ਆਪਾਂ ਯਾਰ ਰਜ਼ਗਾਰ ਦੀ ਸੌਂਦਾ ਨਹੀਂ ਖਾਊ ਆਪਣਾ ਰਜ਼ਗਾਰ। ਇਹ ਜਰਮਨ ਸ਼ੈਫਟ ਡਬਲਪੋਰਟ ਦੀ ਮੇਲ। ਅੱਛਾ ਬਾਈ, ਇਹਦਾ ਮਾਰਕੀਟ ਪ੍ਰਾਈਸ ਹੈ 12,500 ਰੁਪਏ। ਅੱਛਾ, ਆਪਣਾ ਸੰਦੀਪ ਡੌਗ ਫਾਰਮ ਹੈ। ਅੱਛਾ, ਗੂਗਲ ਤੇ ਸਰਚ ਮਾਰ ਕੇ ਦੇਖ ਸਕਦੇ ਹੋ, 24 ਘੰਟੇ ਸਰਵਿਸ ਅਵੇਲੇਬਲ ਹੈ। ਅੱਛਾ, ਪੂਰੇ ਆਲ ਇੰਡੀਆ ਵਿੱਚ ਅਵੇਲੇਬਲ। ਅੱਛਾ, ਆਪਣੇ ਕਰਕੇ ਕਿੰਨਾ ਡਿਸਕਾਊਂਟ? ਡਿਸਕਾਊਂਟ ਕਰ ਲਾ। ਕੰਟੈਕਟ ਨੰਬਰ 9412050। ਕਿਹੜੀ ਡੈਸ਼ ਹੋਣ? ਡੈਸ਼ ਹੋਣ, ਡੈਸ਼ ਹੋਣ। ਪੱਪੀ ਦੇਖੋ ਕਿੰਨੇ ਸੋਹਣੇ ਸੋਹਣੇ ਨੇ। ਤੇ ਇਹਦਾ ਕੀ ਪ੍ਰਾਈਸ ਹੈ ਮੇਲ ਦਾ? 4,000 ਤੇ ਫੀਮੇਲ? ਫੀਮੇਲ ਦਾ 2500। ਕਿਹੜੀ ਕੰਟਰੀ ਦੀ ਨਸਲ ਹੈ? ਇੱਥੋਂ ਦੀ ਨਸਲ ਹੀ ਹੈ, ਇੰਡੀਆ ਦੀ ਹੈ, ਕਦੇ ਦੇਖੀ ਹੋਏ। ਬਾਬੇ ਅਸੀਂ ਤਾਂ ਪਿੰਡਾਂ 'ਚ ਹੀ ਫਿਰਦੇ ਰਹਿੰਦੇ ਹਾਂ, ਉਹ ਲੰਬੇ ਲੰਬੇ ਜੇ ਤਾਂ ਨਸਲਾਂ ਹੀ ਨਹੀਂ ਦੇਖੀਆਂ। ਹਾਂ ਬਾਈ, ਟੈਨਸ਼ਨ ਨਾ ਲਓ, ਹੱਡਾ ਰੋੜੀ ਵਾਲੇ ਨਹੀਂ ਦਿੰਦੇ। ਆਹ ਦੇਖੋ ਇਹ ਫੜ ਦੇਖੋ ਕਿੰਨੀ ਹੈ, ਜਿਵੇਂ ਆਪਣੇ ਰਜਾਈ ਦੇ। ਕਿਹੜੀ ਨਸਲ ਹੈ? ਟੋਏ ਫੋਮ ਹੈ ਜੀ, ਜਰਮਨ ਸ਼ੈਫਰਡ ਥੱਲੇ ਪੈਣੇ। ਜਰਮਨ ਸ਼ੈਫਰਡ ਆਏ, ਜਰਮਨ ਟੋਏ ਫੋਮ। ਇਹਦਾ ਪ੍ਰਾਈਸ ਕਿੰਨਾ ਜੀ? ਪ੍ਰਾਈਸ ਇਹਦਾ ਹੈਗਾ ਸਰ 18,000। 18,000 ਇੱਕੋ ਹੀ ਹੈ? ਹਾਂ ਹਾਂ। ਤੇ ਮੇਲ ਹੈ ਜੀ ਇਹ? ਹੈ ਮੇਲ ਹੈ ਜਾਂ ਫੀਮੇਲ? ਫੀਮੇਲ, ਫੀਮੇਲ। ਤੇ ਤੁਹਾਡਾ ਨੰਬਰ ਕੀ ਹੈ ਜੀ ਕੰਟੈਕਟ? 9876661031। ਨੰਬਰ ਕਿੰਨਾ ਤੁਹਾਡਾ? 8890001। ਆ ਕੈਂਟ ਨੇ ਕਤੂਰੇ ਛੋਟੇ ਛੋਟੇ ਜੇ, ਹਨਾ, ਜਿਵੇਂ ਫਰਜੀ ਨਹੀਂ ਹੁੰਦੇ ਨੇ ਬਾਈ। ਮਨ ਟਿਕਟੋਕ ਪਾ ਦੇਖੋ ਲੱਗ ਗਿਆ। ਆਏ ਸੱਚੀ ਕੜੇ ਕੌਣ ਦੇ ਰਹਿਣੇ ਮੇ ਸੇ ਕਹਾਂ ਸੇ? ਚੀਕਾ ਦੇ ਕੜੇ, ਚੀਕਾ ਦੇ। ਆ ਤੇਰੇ ਕੁੱਤੇ ਹੈ? ਹਾਂ ਮੇਰੇ। ਕਿਹੜੀ ਨਸਲ ਹੈ ਇਹ? ਅਮਰੀਕਨ ਪਿਟਬੁਲ। ਅਮਰੀਕਨ ਪਿਟਬੁਲ? ਅੱਛਾ, ਤੇ ਕਿਸਕੇ ਕੋਨ ਯਾਰ, ਤੋ ਕੁੱਤੇ ਕਿਸਕੇ ਕਵਰ? ਅੱਛਾ, ਰਹਿਣੇ ਵਾਲੇ ਬਾਬਿਓ ਆਪਣੇ ਗਵਾਂਢੀ ਨੇ ਹਰਿਆਣੇ ਵਾਲੇ, ਇਹ ਸਿਰਾ ਕਰਾਂਦੇ ਨੇ ਹੈ। ਮੈਂ ਬਸ ਤਮਾਣੇ ਕੇ ਪਾਸ ਕਰ ਤਮਾਣੇ ਕਾ ਬੰਦਾ ਠੀਕ ਹੈ। ਹਾਂ ਬਸ ਤਮਾਣੇ ਕਾ ਬੰਦਾ ਭਾਈ। ਇਸਕਾ ਇਸਕਾ ਕੀ ਪ੍ਰਾਈਸ ਹੈ ਭਾਈ? ਇਸਕਾ ਭਾਈ ਸਾਹਿਬ ਇਹ 10,000 ਕਾ ਮੇਲ ਹੈ। ਤੇ ਫੀਮੇਲ? ਫੀਮੇਲ ਹਮਾਰੀ 8,000 ਕੀ। 8? ਤੇ ਆਪਕਾ ਕੰਟੈਕਟ ਨੰਬਰ ਕਿਆ ਹੈ? ਹਾਂ ਹਾਂ, ਕੰਟੈਕਟ 9050509076600। ਨੰਬਰ ਬਹੁਤ ਆ ਰਿਹਾ, ਕੁੱਤੇ ਦੇ ਰਹੇ ਹੈ। ਆਹ ਲੈਬਰਾ ਨਸਲ ਹੈ ਜਿਹੜੀ ਪੰਜਾਬ 'ਚ ਬੜੀ ਮਸ਼ਹੂਰ ਹੈ, ਬੜੇ ਪਿਆਰੇ ਡੌਗੀ ਹੁੰਦੇ ਨੇ। ਤੇ ਕੀ ਪ੍ਰਾਈਸ ਹੈ ਭਾਈ ਇਹਨਾਂ ਦਾ? ਵੀਰੇ ਮੇਲ 12,000 ਦੀ ਰੇਂਜ 'ਚ, ਫੀਮੇਲ 5,000 ਦੀ ਰੇਂਜ 'ਚ। ਤੇ ਆਪਦਾ ਕੰਟੈਕਟ ਨੰਬਰ? 9646099898, ਅਰਮਾਨ ਕਹਿੰਦਾ ਜਲੰਧਰ। ਆਹ ਕਿਹੜੀ ਹੈ ਬਾਈ? ਇਹ ਸ਼ਿਰਜੂ ਆ ਭਾਜੀ। ਸ਼ਿਰਜੂ? ਹਾਂਜੀ। ਤੇ ਇਹਦਾ ਕੀ ਪ੍ਰਾਈਸ ਹੈ? ਇਹ 20,000 ਦੀ ਰੇਂਜ ਹੈ ਭਾਜੀ। 20,000 ਦੀ ਮੇਲ? ਹਾਂਜੀ ਮੇਲ। ਫੀਮੇਲ? ਫੀਮੇਲ 16,000 ਦੀ ਰੇਂਜ। ਆਹ ਵੀ ਬਹੁਤ, ਇਹਦੇ ਫਰ ਦੇਖੋ, ਹਜੇ ਤਾਂ ਛੋਟਾ ਹੀ ਹੈ, ਵੱਡਾ ਹੋ ਗਿਆ ਤਾਂ ਪੂਰਾ ਪਰਮਾਣੂ ਬੰਬ ਬਣ ਜੂਗਾ, ਸੋਹਣਾ ਹੀ ਬਹੁਤ ਹੈ ਇਹਦਾ। ਆਹ ਰੋਡ ਵੀਲਰ ਦੇਖੋ, 7,000 ਦਾ ਹੈ, ਬੜੀ ਖਤਰਨਾਕ ਨਸਲ ਹੈ, ਜਮਾਂ ਨਹੀਂ ਵੱਢਦਾ ਜਾਂ ਤੇਰੇ ਕਰਕੇ ਨਹੀਂ ਵੱਢਦਾ। ਕਿਹੜੀ ਨਸਲ ਹੈ ਬਾਈ ਇਹ? ਸਾਈਬੇਰੀਅਨ ਹਸਕੀ। ਸਾਈਬੇਰ ਕੀ ਪ੍ਰਾਈਸ ਇਹਦਾ ਮੇਲ ਦਾ? 30,000। ਤੇ ਫੀਮੇਲ ਦਾ? 25,000। 25,000। ਤੇ ਕੰਟੈਕਟ ਨੰਬਰ ਕੀ ਹੈ ਤੁਹਾਡਾ ਜੀ? ਨਹੀਂ ਇਹਦਾ ਕਿੰਨਾ ਪ੍ਰਾਈਸ ਹੈ ਬਾਈ? ਉੱਪਰ ਵਾਲੀ ਸਿਟੀਜੂ ਹੈ ਵੀਰੇ। ਹਾਂ, 5 ਮਹੀਨੇ ਦੀ ਫੀਮੇਲ 25,000 ਰੁਪਇਆ। ਅੱਛਾ, ਉਹ ਨੀਚੇ ਵਾਲਾ ਬੁਲਡੌਗ 60,000 ਰੁਪਏ। 60,000। ਤੇ ਕੰਟੈਕਟ ਨੰਬਰ ਤੁਹਾਡਾ ਜੀ? 9465002। ਆ ਕੀ ਨੇ ਬਾਈ? ਹੈਂ? 5,000 ਦਾ ਸੈੱਟ ਹੈ ਸਬਰਾਈਡ ਮੁਰਗੀਆਂ। ਸਬਰਾਈਡ 5,000 ਦਾ ਸੈੱਟ ਹੈ?
ਇਹਨਾਂ ਦੀ ਖਾਸੀਅਤ ਕੀ ਹੁੰਦੀ ਹੈ ਬਾਈ? ਛੋਟੇ ਰਹਿੰਦੇ ਵੀਰੇ, ਛੋਟੇ ਰਹਿੰਦੇ ਨੇ। ਆ ਕਿਹੜੇ ਇੰਨਾ ਸਲੈਕ ਕਲਚਰ ਕਲਚਰ ਪੌਮ ਤੇ ਇਹਦਾ ਕਿੰਨਾ ਪ੍ਰਾਈਜ਼ ਹੈ? ਇਹਦਾ 12000। ਤੇ ਮੇਲ ਦਾ? ਮੇਲ ਸੇਲ ਹੋ। ਫੀਮੇਲ? ਫੀਮੇਲ ਹੀ ਹੈ। ਅੱਛਾ, ਤੇ ਕਿਹੜੀ ਹੈ? ਇਹ ਵੀ ਕਲਚਰ ਹੈ। ਇਹ ਸਾਰੀ ਕਲਚਰ ਹੈ। ਆ ਵੀ ਕਲਚਰ ਹੈ ਦੇਖੋ। ਇਹ ਲਾਸਾ। ਲਾਸਾ? ਲਾਸਾ। ਅੱਛਾ, ਇਹ ਲਾਸਾ ਹੈ। ਇਹਦਾ ਕਿੰਨਾ ਪ੍ਰਾਈਜ਼ ਹੈ ਬਾਈ? ਜੀ ਜੀ 10000 ਦਾ। 10000 ਦਾ ਲਾਸਾ। ਫਲੈਂਚ ਮੈਸੀਵ ਨਸਲ ਹੈ ਤੇ ਇਹਦਾ ਪ੍ਰਾਈਸ ਕਿੰਨਾ ਜੀ? 25000 ਰੁਪਏ। 25000 ਤੇ ਫੀਮੇਲ ਜੀ? ਫੀਮੇਲ 20000 ਰੁਪਏ। 20000 ਤੇ ਤੁਹਾਡਾ ਨੰਬਰ ਕੀ ਹੈ ਜੀ? ਮੇਰਾ 98151 97 863। ਠੀਕ, 98151 97 863। ਕਿੰਨਾ ਸੋਹਣਾ ਕੁੱਤਾ ਹੈ ਦੇਖੋ, ਬਰਾਊਨ ਬਰਾਊਨ ਜਿਹਾ ਜੋੜਾ ਹੈ, ਅੱਖਾਂ ਵੀ ਬਾਲੀਆਂ ਘੈਂਟ ਨੇ ਇਹਦੀਆਂ, ਘਰੇ ਰੱਖਾ ਸੋਹਣਾ ਬਹੁਤ ਲੱਗੂ। ਅੱਛਾ, ਲੁਧਿਆਣੇ ਤੋਂ ਜੀ? ਲੁਧਿਆਣੇ ਤੋਂ। ਆ ਕਿਹੜੀ ਨਸਲ ਹੈ? ਇਹ ਜੀ ਸਪਿਟਸ ਹੈ, ਪਮੇਰੀਅਨ ਸਪਿਟਸ। ਪਮੇਰੀਅਨ ਸਪਿਟਸ? ਹਾਂਜੀ, ਲੁਧਿਆਣੇ ਤੋਂ ਜੀ। ਅੱਛਾ ਜੀ। 9814970296। ਤੇ ਇਹਦਾ ਪ੍ਰਾਈਸ ਕਿੰਨਾ ਜੀ? ਇਹ 15000 ਜੀ। ਆਲ ਬਰੀਡ ਦਾ ਕੰਮ, ਜਿਹੜਾ ਮਰਜ਼ੀ ਲਓ, ਆਲ ਡਿਲੀਵਰੀ ਪੰਜਾਬ। ਅੱਛਾ, ਫੀਮੇਲ? ਫੀਮੇਲ 7000। 7000 ਲੋਕ ਕੰਟੀ 25 ਸੇਲ ਕਰਦਾ ਲੁਧਿਆਣੇ ਦੇ, ਨੰਬਰ 1 ਪੈਟ ਸ਼ਾਪ। ਬਿੱਲੀ ਹੈ ਬਾਈ ਜਾਂ ਕੁੱਤਾ ਹੈ? ਬਿੱਲੀ ਹੈ। ਮੈਂ ਕਿਤੇ ਕੋਈ ਕੁੱਤਾ ਨਸਲਾਂ ਹੀ ਬਹੁਤ ਨੇ, ਔਰ ਇਹਦਾ ਬਿੱਲੀਆਂ ਵੀ ਹੈਗੀਆਂ ਨੇ, ਮਾ ਕਿਤੇ ਕੁੱਤਾ ਹੀ ਹੈ ਕਿਉਂਕਿ ਨਸਲਾਂ ਹੀ ਬਹੁਤ ਨੇ, ਕੀ ਪਤਾ ਲੱਗਦਾ। ਕਿਹੜੀ ਨਸਲ ਹੈ ਬਾਈ? ਤ੍ਰਿਪਤੀਆਂ। ਤੇ ਇਹਦਾ ਕਿੰਨਾ ਪ੍ਰਾਈਸ ਹੈ? ਮੇਲ ਦਾ 20000 ਰੁਪਇਆ ਫੀਮੇਲ ਦਾ। ਅੱਛਾ, ਮੇਲ ਦਾ? ਮੇਲ ਹੈ ਨਹੀਂ, ਹੈ ਨਹੀਂ। ਤੇ ਤੁਹਾਡਾ ਨੰਬਰ ਕੀ ਹੈ? 8264483572। ਆਪਣੇ ਸਬਸਕ੍ਰਾਈਬਰ ਮਿਲ ਗਏ, ਤੁਸੀਂ ਵੀ ਕੁੱਤੇ ਕਾਤੇ ਲੈ ਗਏ ਹੋ? ਅੱਛਾ, ਘੁੰਮਣ ਆਏ? ਸ਼ੇਅਰ ਕਰ ਦਿਆ ਕਰੋ, ਫੋਲੋ ਕਰਿਆ ਕਰ ਦਿਓ। ਓਕੇ ਬਾਈ, ਕਿਹੜੀ ਨਸਲ ਹੈ? ਡੱਚ ਸ਼ੌਂਡ ਵੀਰੇ। ਕਿਹੜੀ? ਡੱਚ ਸ਼ੌਂਡ। ਡੱਚ ਕਿੰਨਾ ਪ੍ਰਾਈਸ ਇਹਦਾ? ਇਹਦਾ ਵੀਰੇ 8000। ਠੀਕ ਹੈ। ਆਹ ਵੀ ਬਾਲੀ ਘੈਂਟ ਹੈ ਦੇਖੋ, ਇਹ ਬੌਨੀ ਜੀ ਹੈ, ਮਦਰੀ ਗੁੱਡੀ ਦੀ ਹੈ, ਜਿਵੇਂ ਮੱਝਾਂ ਹੁੰਦੀਆਂ ਨੇ ਆਪਣੀਆਂ। ਪਤਾ ਕੀ ਹੈ, ਜਿਹੜੇ ਉਹਦੇ ਕੁੱਤੇ ਆਏ ਹੋਏ ਨੇ, ਅੱਧੀਆਂ ਦਾ ਤਾਂ ਮੈਨੂੰ ਨਸਲਾਂ ਦਾ ਵੀ ਨਹੀਂ ਪਤਾ, ਕਿਉਂਕਿ ਜਿਨ੍ਹਾਂ ਨੂੰ ਮੈਂ ਖੇਤ 'ਚ ਰੋਟੀ ਪਾ ਕੇ ਆਇਆ ਕਰਦਾ, ਤਾਂ ਵਿਚਾਰੇ ਮੇਰੇ ਵਰਗੇ ਨੇ, ਚਾਊ ਮਾਊ ਜੇ, ਸਿੱਧੇ ਸਾਦੇ। ਔਰ ਇਹ ਥੋੜ੍ਹੇ ਮਾਡਰਨ ਜੇ ਨੇ, ਸੁੱਖੀ ਵਰਗੇ, ਪੱਗਾਂ ਪੁੱਗਾਂ ਵਾਲੇ, ਐਵੇਂ ਦੇ ਮਾਡਰਨ ਜੇ ਕੁੱਤੇ ਨੇ। ਹਾਂ, ਨਹਾਤੇ ਧੋਤੇ। ਹੋਰ ਵੀ ਬਹੁਤ ਵੱਡਾ ਡੌਗ ਸ਼ੋਅ ਦੇਖੋ ਸਾਰਾ। ਕਿਹੜੀ ਨਸਲ ਹੈ ਬਾਈ ਇਹ? ਚਾਉ ਚਾਉ ਜੀ। ਸਰ ਕੀ ਪ੍ਰਾਈਸ ਹੈ ਜੀ ਇਹਦਾ? ਇਹ ਤਾਂ ਵੀਰੇ ਕੋਈ ਪ੍ਰਾਈਸ ਨਹੀਂ, ਸੇਲ ਤੇ ਨਹੀਂ ਹੈ। ਅੱਛਾ, ਉਦਾਂ ਸ਼ੌਕ ਲਈ ਲੈ ਕੇ ਆਉਂ ਜੀ? ਹਾਂ। ਓਕੇ, ਗੁੱਡ, ਥੈਂਕ ਯੂ ਸਰ। ਵਾਲੇ ਤੇਰੇ ਭਈਏ ਚੜਾ ਕੇ ਆ ਦੇਖੋ ਕੁੱਤੇ ਤੁਸੀਂ। ਆਲ ਜੈਂਟਲ ਐਕਸਿਬਿਟਰਸ ਪਲੀਜ਼ ਕਮ ਇਨ ਦਾ ਵੇਟਿੰਗ ਰਿੰਗ ਏਰੀਆ ਇਨ ਨੰਬਰ 1। ਥਿਸ ਇਜ਼ ਦਾ ਲਾਸਟ ਐਂਡ ਫਾਈਨਲ ਕਾਲ ਫਾਰ ਸ਼ਿਟਸ ਐਕਸਿਬਿਟਰਸ। ਹਰਖਾਰੇ ਨੇ ਨਾ ਕੁੱਤੇ ਨੂੰ? ਉਹ ਹਰਖਾਰੇ ਨੇ ਕੁੱਤੇ ਨੂੰ। ਕੀ ਲੱਭੇ ਕੀ ਸਿਸਟਮ? ਕੁੱਤੇ ਜੇ ਗੇੜੇ ਦੇ ਰਹੇ ਸੀ, ਉਹ ਖੇਡਾਂ ਹੋ ਰਹੀਆਂ ਸੀ, ਮੈਂ ਪੂਰਾ ਹੈ ਨਾ, ਉਹਨਾਂ ਦਾ ਵੀ ਹਾਈਪਰ ਤਾਂ ਨਹੀਂ ਹੁੰਦੇ, ਗੁੱਸੇ ਤਾਂ ਨਹੀਂ ਹੁੰਦੇ। ਅਤੇ ਇੱਕ ਤੁਹਾਨੂੰ ਕੰਮ ਦੀ ਗੱਲ ਦੱਸਦਾ, ਜਿਹੜੇ ਵੀ ਕੁੱਤੇ ਡੌਗ ਸ਼ੋਅ 'ਚ ਆਉਂਦੇ ਨੇ, ਉਹ ਵੱਢਦੇ ਨਹੀਂ ਹੁੰਦੇ। ਮੈਂ ਪਹਿਲਾਂ ਪੁੱਛੀ ਗਿਆ ਬਾਈ, ਵੱਢਦਾ ਤਾਂ ਨਹੀਂ? ਵੱਢਦਾ ਤਾਂ ਨਹੀਂ, ਕਿਉਂਕਿ ਜਿਹੜਾ ਕੁੱਤਾ ਵੱਢਦਾ ਹੁੰਦਾ ਉਹ ਡੌਗ ਸ਼ੋਅ 'ਚ ਅਪਰੂਵਡ ਨਹੀਂ ਹੁੰਦਾ। ਬਾਕੀ ਉਰੇ ਕੁੱਤਿਆਂ ਦਾ ਸਾਰਾ ਸਮਾਨ ਹੈ, ਜਿਵੇਂ ਪੈਡਾਗਰੀ, ਸਾਰਾ ਜੰਗਾਰਡਮੈਂਟ, ਸਟਾਲਾਂ ਲੱਗੀਆਂ ਹੋਈਆਂ ਦੇਖੋ। ਆ ਕੀ ਹੈ ਬਾਈ? ਪੈਡਾਗਰੀ ਹੈ?
ਨਹੀਂ ਨਹੀਂ 8-8 ਦੀ ਫੀਟ ਅੱਛਾ ਪੂਰਾ ਸਮਾਨ ਮਿਲਦਾ ਕੁੱਤਿਆਂ ਦਾ ਸਾਰਾ